ਦਲੀਪ ਘਰਟੀਵਾਨ ਦੀ ਕਹਾਣੀ ਕਲਪਨਾ ਸਾਈਕੋਲੋਜੀ ਦੀ ਐਮੇਜ ਪੜਦੀ ਤੇ ਵੱਡੇ-ਵੱਡੇ ਨੂੰ ਮਤਾਂ ਦੇਣ ਵਾਲੀ ਕਲਪਨਾ ਆਪਣੀ ਬੀ ਸਮਝੀ ਤੇ ਹੈਰਾਨ ਹੋ ਕੇ ਵੇਖਦੀ ਕਿ ਉਹਦੇ ਲੱਖ ਹਟਕਦਿਆਂ ਹਟਕਦਿਆਂ ਵੀ ਉਹਦਾ ਮੋਹ ਇੱਕ ਵਿਆਹੇ ਹੋਏ ਮਰਦ ਨਾਲ ਹੋ ਗਿਆ ਸੀ ਤੇ ਉਹਦਾ ਜਮਾਤੀ ਸੀ ਜਿਹਦਾ ਵਿਆਹ ਕਈ ਸਾਲ ਪਹਿਲਾਂ ਇੱਕ ਪਿੰਡ ਦੀ ਕੁੜੀ ਨਾਲ ਹੋ ਚੁੱਕਾ ਸੀ ਦਿਨ ਵਿੱਚ ਜਿੰਨੀ ਵਾਰੀ ਵੀ ਉਹਨੂੰ ਜਗਜੀਤ ਦਾ ਖਿਆਲ ਆਉਂਦਾ ਉਹ ਸਮਝਦੀ ਮੈਂ ਗੁਨਾਹ ਕੀਤਾ ਕੋਈ ਜਲਨ ਜਈ ਉਹਦੇ ਸੀਨੇ 'ਚ ਹੁੰਦੀ ਤੇ ਉਹ ਹੌਕਿਆ ਨਾਲ ਉਹਨੂੰ ਬਾਹਰ ਕੱਢ ਸੁੱਟਦੀ। ਕਦੇ ਉਹ ਸੋਚਦੀ ਜਗਜੀਤ ਧੋਖੇਬਾਜ਼ ਐ। ਜਦੋਂ ਨੂੰ ਪਤਾ ਸੀ ਕਿ ਮੈਨੂੰ ਆਪਣਾ ਨਹੀਂ ਸਕੇਗਾ ਫਿਰ ਕੋਲ ਕਿਉਂ ਆਇਆ? ਉਹ ਮੇਰੇ ਨਾਲ ਘੰਟਿਆਂ ਬੱਧੀ ਮਨੁੱਖੀ ਮਨ ਮਨੁੱਖੀ ਚੇਤਨਾ ਮਨੁੱਖੀ ਰੁਚੀਆਂ ਬਾਬਤ ਬਹਿਸ ਕਰਦਾ ਰਹਿੰਦਾ। ਪਰ ਉਹਨੇ ਕਦੇ ਕਿਉਂ ਨਹੀਂ ਸੋਚਿਆ ਕਿ ਮੇਰੇ ਨਾਲ ਸਾਂਝ ਦਾ ਕੀ ਬਣੇਗਾ? ਮੈਂ ਉਸ ਦਿਨ ਪੁੱਛਿਆ ਕਿ ਤੁਹਾਡੀ ਸ਼੍ਰੀਮਤੀ ਕਿਹੋ ਜੀ ਐ? ਆਖਣ ਲੱਗਾ ਜਿਹੋ ਜੀਆਂ ਪਿੰਡ ਦੀਆਂ ਕੁੜੀਆਂ ਹੁੰਦੀਆਂ ਨੇ। ਹੀ ਤੁਹਾਨੂੰ ਪਸੰਦ ਹੈ ਮੈਂ ਪੁੱਛਿਆ ਤਾਂ ਆਖਦਾ ਸੀ ਭਈ ਕਲਪਨਾ ਇਹ ਗੱਲਾਂ ਨਾ ਛੇੜ ਫਿਰ ਮੇਰਾ ਕਈ ਕਈ ਦਿਨ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਅੱਛਾ ਦੱਸ ਉਹ ਲੇਖ ਤਿਆਰ ਕਰ ਲਿਆ ਦੱਬੀਆਂ ਰੀਜਾਂ ਸੁਪਰੈਸਡ ਡਿਜ਼ਾਇਰਸ ਜੇ ਨਹੀਂ ਕੀਤਾ ਤਾਂ ਦੇਖੀ ਜੇ ਐਤਕੇ ਪ੍ਰੋਫੈਸਰ ਸਾਹਿਬ ਨੇ ਡੈਕਸ ਤੇ ਡੈਸਕ ਤੇ ਨਾਂ ਖੜੀ ਕੀਤਾ ਸ਼ੈਤਾਨ ਗੱਲ ਹੱਸੇ ਠੀਠਣ ਗਿਆ ਸੀ ਨਾ ਤੇ ਜਦੋਂ ਵਿਆਹ ਹੋਇਆ ਫਿਰ ਮੇਰੇ ਵੱਲ ਉਡੂੰਗਾ ਜੇ ਕਿਉਂ ਤੱਕਦਾ ਹੈ ਕਿਉਂ ਮਿੱਠਾ ਮਿੱਠਾ ਕਿਉਂ ਮੁਸਕਰਾਉਂਦਾ ਹੈ ਕਿਉਂ ਮੇਰੇ ਕੋਲ ਆਉਂਦਾ ਹੈ ਫਿਰ ਆਪ ਹੀ ਉਹ ਸੋਚਦੀ ਫਲਾਂ ਕਿਸੇ ਜਵਾਨ ਤੇ ਸੁਹਿਰਦ ਮੁੰਡੇ ਦਾ ਦਿਲ ਨਹੀਂ ਕਰਦਾ ਕਿ ਕੋਈ ਕੁੜੀ ਨੂੰ ਸਮਝੇ ਸਲਾਹੀ ਪਿਆਰੇ ਤੇ ਨਾਲ-ਨਾਲ ਤੁਰ ਕੇ ਕਦਮ-ਕਦਮ ਤੇ ਉਹਨੂੰ ਸਹਾਰਾ ਦਿੰਦੀ ਜਾਏ ਪਰ ਸਮਾਜਿਕ ਬੇਸਮਝੀ ਨੇ ਜਾਂ ਕਿਸਮਤ ਦੀ ਬੇਸਮਝੀ ਨੇ ਉਹਦੀ ਇਹ ਭੁੱਖ ਬੇਗੌਲੀ ਕਰ ਦਿੱਤੀ ਸੀ ਉਫ ਵਿਚਾਰੇ ਦੀ ਜ਼ਿੰਦਗੀ ਬਰਬਾਦ ਹੈ ਕੀ ਸਮਝੇਗੀ ਉਹ ਪਿੰਡ ਦੀ ਕੁੜੀ ਇਹਦੇ ਅੰਤਰਾਤਮਾ ਦੇ ਸਵਾਲਾਂ ਨੂੰ ਕੀ ਭਾਵਕ ਤੇ ਦਿਮਾਗੀ ਸੰਤੁਸ਼ਟਤਾ ਦੇ ਸਕੇਗੀ ਉਹ ਦੇ ਸੁਖਮ ਭਾਵਾਂ ਨੂੰ ਕੀ ਸਮਝੇਗੀ ਉਹ ਕਿ ਹੱਸਦਾ ਕਿਉਂ ਨਹੀਂ ਉਹਨੂੰ ਛੇੜਦਾ ਕਿਉਂ ਨਹੀਂ ਕਿਉਂ ਇਹ ਸਾਰਾ ਦਿਨ ਪੁੱਤੀਆਂ ਜਿਗਿਆਂ ਚ ਖੋਇਆ ਰਹਿੰਦਾ ਤੇ ਕਦੇ-ਕਦੇ ਉਹਨੂੰ ਕਿਉਂ ਬਿਨਾ ਕਿਸੇ ਗੱਲ ਤੋਂ ਹੀ ਝੜਕੇ ਬੋਲਦਾ ਤੇ ਫਿਰ ਆਪ ਹੀ ਕਿਉਂ ਆਖਦਾ ਮਾਫ ਕਰ ਜੀ ਤੋ ਮੇਥੋਂ ਗਲਤੀ ਨਾਲ ਝੜਕੇ ਬੋਲਿਆ ਗਿਆ ਤੇ ਤੇ ਉਸ ਵਿਚਾਰੀ ਦੀ ਜ਼ਿੰਦਗੀ ਵੀ ਕੀ ਹੋਏਗੀ ਕਲਪਨਾ ਨੇ ਜਗਜੀਤ ਦੀ ਪਤਨੀ ਬਾਬਤ ਸੋਚਣਾ ਸ਼ੁਰੂ ਕਰ ਦਿੱਤਾ ਹਾ ਕੀ ਜ਼ਿੰਦਗੀ ਹੋਏਗੀ ਉਸ ਬੇਚਾਰੀ ਦੀ ਖਾਲੀ ਖਾਲੀ ਸੁੰਨੀ ਸੁੰਨੀ ਅਣਗੌਲੀ ਅਣ ਚਾਹੀ ਕਦੇ ਨਾ ਕਦੇ ਦਿਲ ਚ ਤਾ ਕਹਿੰਦੀ ਹੋਏਗੀ ਇਦੂ ਤਾਂ ਮੈਂ ਕਿਸੇ ਜੱਟ ਨੂੰ ਹੀ ਵਿਆਹੀ ਹੁੰਦੀ ਭਾਵੇਂ ਉਹ ਮੈਨੂੰ ਮਾਰਦਾ ਕੁੱਟਦਾ ਕੰਮ ਕਰਾਉਂਦਾ ਪਰ ਕਦੇ ਹੱਸ ਕੇ ਵੀ ਤਾਂ ਬੋਲਦਾ ਮੇਲੇ ਤੋਂ ਕੋਈ ਸ਼ੀਸ਼ਾ ਦੰਦਾਸਾ ਹੀ ਲਿਆਉਂਦਾ ਤੇ ਮੇਰੇ ਨਾਲ ਰਲ ਕੇ ਤਾਂ ਜਿਉਂਦਾ ਸੰਸਕਾਰਾਂ ਨੇ ਦੋ ਜਿਉਂਦੇ ਜਾਗਦੇ ਬੰਦਿਆਂ ਨੂੰ ਮਸ਼ੀਨਾ ਚ ਬਦਲ ਦਿੱਤਾ ਕੀ ਇਹਦਾ ਕੋਈ ਉਪਾਅ ਨਹੀਂ ਹੋ ਸਕਦਾ ਕਲਪਨਾ ਫਿਰ ਸੋਚਣ ਲੱਗੀ ਹੋ ਸਕਦਾ ਹੈ ਜੇ ਮੈਂ ਜਗਜੀਤ ਨਾਲ ਵਿਆਹ ਕਰ ਲਵਾਂ ਘੱਟੋ-ਕੱਟ ਇੱਕ ਜਣਾ ਤਾਂ ਸੁਖੀ ਹੋਈ ਜਾਏ ਨਹੀਂ ਮੈਂ ਜੀਤੋ ਨਾਲ ਵੀ ਕੋਈ ਬੇਇਨਸਾਫੀ ਨਾ ਕਰਾਂ ਪਰ ਕੀ ਇਹ ਮੈਂ ਸਵਾਰਥਵਾਸਤਾ ਨਹੀਂ ਸੋਚ ਰਹੀ ਨਹੀਂ ਨਹੀਂ ਮੈਂ ਪਹਿਲਾਂ ਜੀਤੋ ਨੂੰ ਮਨਾ ਲਵਾਂਗੀ ਪਰ ਉਹ ਕਦੇ ਨਹੀਂ ਮੰਨੇਗੀ ਆਪਣੀ ਦੁਨੀਆ ਕਿਸੇ ਨੂੰ ਦੇ ਦੇਣੀ ਐਡੀ ਸੁਖਾਲੀ ਨਹੀਂ ਹੁੰਦੀ ਉਹ ਮੈਨੂੰ ਡਾਇਨ ਸਮਝੇਗੀ ਪਾਪਣ ਆਖੇਗੀ ਉਹ ਜਗਜੀਤ ਨੂੰ ਖੋ ਕੇ ਕਦੇ ਖੁਸ਼ ਨਹੀਂ ਰਹਿ ਸਕੇਗੀ ਛੁੱਪ ਛੁੱਪ ਕੇ ਰੋਇਆ ਕਰੇਗੀ ਆਪਣੀ ਕਿਸਮਤ ਨੂੰ ਕੋਸਿਆ ਕਰੇਗੀ ਸਾਨੂੰ ਕੱਲੇ ਬੈਠਿਆਂ ਨੂੰ ਛੁੱਪ ਛੁੱਪ ਕੇ ਦੇਖਿਆ ਕਰੇਗੀ ਪੱਲੇ ਅੱਡਿਆ ਕਰੇਗੀ ਸੱਥਰ ਪਾਇਆ ਕਰੇਗੀ ਉਹ ਦਿਨ ਪਰ ਦਿਨ ਪੀਲੀ ਤੇ ਕਮਜ਼ੋਰ ਹੁੰਦੀ ਜਾਏਗੀ ਸ਼ਾਇਦ ਬਿਮਾਰੀ ਹੋ ਜਾਏ ਸ਼ਾਇਦ ਮਰੀ ਜਾਏ ਫਿਰ ਜਗਜੀਤ ਮੈਨੂੰ ਉਹਦੀ ਮੌਤ ਦਾ ਕਾਰਨ ਸਮਝ ਕੇ ਨਫ਼ਰਤ ਕਰਨ ਲੱਗ ਜਾਏਗਾ ਉਸ ਘੜੀ ਨੂੰ ਕੋਸੇਗਾ ਜਿਸ ਘੜੀ ਉਸ ਮੈਨੂੰ ਵਿਆਹਿਆ ਸੀ ਫਿਰ ਫੇਰਾਨੀ ਬਹਾਨੀ ਛਿੜਕਿਆ ਕਰੇਗਾ ਬਹੁਤੀ ਬਹੁਤੀ ਦੇਰ ਘਰੋਂ ਬਾਹਰ ਰਿਆ ਕਰੇਗਾ ਤੇ ਸ਼ਾਇਦ ਸ਼ਰਾਬ ਪੀਣ ਲੱਗ ਜਾਏ ਤੇ ਫਿਰ ਫਿਰ ਸ਼ਾਇਦ ਕਿਸੇ ਦਿਨ ਸ਼ਰਾਬ ਪੀ ਕੇ ਵੀ ਆਖ ਦੇਵੇ ਕਲਪਨਾ ਮੈਨੂੰ ਮaaf ਕਰੀ ਤੂੰ ਅੱਜ ਤੋਂ ਆਜ਼ਾਦ ਏ ਜਿਸ ਨਾਲ ਮਰਜ਼ੀ ਵਿਆਹ ਕਰ ਲੈ ਮੈਂ ਤੇਰੀ ਹੋਂਦ ਹੁਣ ਇਸ ਘਰ ਚ ਬਰਦਾਸ਼ਤ ਨਹੀਂ ਕਰ ਸਕਦਾ ਤੇ ਫਿਰ ਫਿਰ ਉਹ ਮੈਨੂੰ ਫਿਰ ਉਹ ਘਰ ਮੈਨੂੰ ਹਮੇਸ਼ਾ ਲਈ ਛੱਡਣਾ ਪਏਗਾ ਫਿਰ ਮੈਂ ਕੀ ਕਰਾਂਗੀ ਕਿੱਧਰ ਜਾਵਾਂਗੀ ਨਹੀਂ ਨਹੀਂ ਮੈਂ ਨਹੀਂ ਕਰਾਂਗੀ ਮੈਂ ਜਗਜੀਤ ਨਾਲ ਵਿਆਹ ਨਹੀਂ ਕਰਾਂਗੀ ਸ਼ਾਇਦ ਉਹ ਆਪ ਵੀ ਨਾ ਮੰਨੇ ਏਡੀਆਂ ਸੂਖਮ ਬਿਰਤੀਆਂ ਵਾਲਾ ਏਡੇ ਡੁੰਗੇ ਅਹਿਸਾਸਾਂ ਵਾਲਾ ਭਲਾ ਐਡੀ ਵੱਡੀ ਬੇਇਨਸਾਫੀ ਕਿਵੇਂ ਕਰ ਸਕੇਗਾ ਸ਼ਾਇਦ ਉਹ ਇਹ ਆਖੇ ਕਲਪਨਾ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਹੈ ਤੂੰ ਚੰਗੀ ਭਲਾਗੇ ਨੂੰ ਨਹੀਂ ਲੱਗਦੀ ਪਰ ਉਸ ਬੇਕਸੂਰ ਦਾ ਕੀ ਦੋਸ਼ ਏ ਜੇ ਮਾਪਿਆਂ ਨੇ ਪੜਾਈ ਨਹੀਂ ਮੈਂ ਰੱਬ ਮੁਰੇ ਕੀ ਜਵਾਬ ਦਿਆਂਗਾ ਇਹ ਤਾਂ ਕਿਸਮਤ ਦੀ ਗੱਲ ਹੈ ਕਿਸੇ ਦਾ ਕੀ ਦੋਸ਼ ਮੈਂ ਉਹਨੂੰ ਪਰੇ ਤੱਕ ਕੇ ਤੇਰੇ ਨਾਲ ਵੀ ਖੁਸ਼ ਨਹੀਂ ਰਹਿ ਸਕਾਂਗਾ ਕਲਪਨਾ ਤੇ ਸ਼ਾਇਦ ਉਹ ਦਿਲ ਚ ਸੋਚੀ ਕਿ ਮੈਂ ਕਿੰਨੀ ਕਮੀਨੀ ਆ ਔਰਤ ਹੋ ਕੇ ਔਰਤ ਦੇ ਮਨੋਭਾਵ ਨਹੀਂ ਸਮਝਦੀ ਸਾਰੀ ਮਨੋਵਿਗਿਆਨ ਦੀ ਪੜਾਈ ਖੂਜਵਾ ਦਿੱਤੀ ਨਾ ਕਿੰਨੀ ਜ਼ਾਲਮ ਆ ਤੇ ਸਵਾਰਥ ਪਿੱਛੇ ਕਿੰਨੀ ਗਿਰ ਗਈ ਆ ਉਫ ਇਹਨਾਂ ਸੋਚਾਂ ਨੇ ਤਾਂ ਮੈਨੂੰ پاگل ਹੀ ਕਰ ਛੱਡਿਆ ਤੇ ਜੇ ਮੈਂ ਜਗਜੀਤ ਨਾਲ ਵਿਆਹ ਕਰ ਵੀ ਲਵਾਂ ਤਾਂ ਕੀ ਹਨੇਰਾ ਚੱਲਿਆ ਹਜ਼ਾਰਾਂ ਲੋਕ ਕਿਉਂ ਹੀ ਕਰਦੇ ਨੇ ਪਰ ਪਰ ਜੀ ਪਲਾ ਮੈਂ ਤੁਹਾ ਜਗਜੀਤ ਨੂੰ ਕੋਈ ਉਸੇ ਤਰ੍ਹਾਂ ਖੋਈ ਜਿਵੇਂ ਮੈਂ ਜੀਤੋ ਤੋਂ ਖੋ ਰਹੀ ਹਾਂ ਨਹੀਂ ਨਹੀਂ ਮਾਫ ਕਰੀ ਜੀਤੋ ਮੈਂ ਬਹੁਤ ਗਲਤ ਸੋਚ ਰਹੀ ਹਾਂ ਮੈਂ ਤੇਰਾ ਜਗਜੀਤ ਨਹੀਂ ਖੋਹਾਂਗੀ ਪਰ ਕੀ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਮੈਂ ਖੁਸ਼ ਰਹਿ ਸਕਾਂਗੀ ਕਿ ਜਗਜੀਤ ਦਾ ਖਿਆਲ ਮੈਨੂੰ ਆਪਣੇ ਪਤੀ ਲਈ ਵਫਾਦਾਰ ਰਹਿਣ ਦੇਗਾ ਕਿ ਮੈਂ ਪਟਕਦੀ ਨਹੀਂ ਹੀ ਰਾਂਗੀ ਰੂਹ ਜਗਜੀਤ ਕੋਲ ਖੋ ਕੇ ਇਕੱਲੇ ਜਿਸਮ ਨਾਲ ਕਿਸੇ ਰੂਹ ਵਾਲੇ ਨੂੰ ਪਰਣਾ ਕੇ ਕਿ ਮੈਂ ਉਹਦੀਆਂ ਖੁਸ਼ੀਆਂ ਦੀ ਕਾਤਲ ਨਹੀਂ ਬਣਾਂਗੀ। ਓਫ ਮੈਂ ਕੀ ਕਰਾਂ? ਇਹਦੂ ਤਾਂ ਮੈਂ ਇੱਕ ਜੰਗਲ ਨਹੀਂ ਹੁੰਦੀ ਤੇ ਜਗਜੀਤ ਨੂੰ ਜੀਤੋ ਤੋਂ ਖੋਣ ਲੱਗਿਆ ਮੈਨੂੰ ਕੋਈ ਦਰਦ ਨਾ ਹੁੰਦਾ। ਸਗੋਂ ਇਹਨੂੰ ਆਪਣੀ ਜਿੱਤ ਸਮਝਦੀ ਤੇ ਵੰਗਾਰ ਕੇ ਕਹਿ ਸਕਦੀ ਇਹ ਮੇਰਾ ਹੈ। ਸਿਰਫ ਮੇਰਾ। ਤੇ ਜਗਜੀਤ ਨੂੰ ਵੀ ਕਹਿੰਦੀ ਜੇ ਜੀਤੋ ਵਾਲ ਕਦੇ ਮੂੰਹ ਵੀ ਕੀਤਾ ਤਾਂ ਸੁੱਤੇ ਪਏ ਦਾ ਗਲ ਵੱਢ ਕੇ ਨਦੀ ਚ ਛਾਲ ਮਾਰ ਦੂੰਗੀ ਪਰ ਮੈਂ ਤਾਂ ਇੱਕ ਸੱਭਿਆ ਕੁੜੀ ਆ ਇੱਕ شریف ਕੁੜੀ ਰੇਡੀਓ ਤੇ ਗਾਣੇ ਤੇ ਗਾਣੀਆਂ ਮਗਰੋਂ ਖਬਰਾਂ ਵੀ ਆ ਹਟੀਆਂ ਸਨ ਤੇ ਪਤਾ ਨਹੀਂ ਕਿਹੜੇ ਵੇਲੇ ਦਾ ਟੂੰ ਟੂੰ ਕਰੀ ਜਾ ਰਿਹਾ ਸੀ ਪਰ ਕਲਪਨਾਵਾਂ ਵਿੱਚ ਸੋਚਾਂ ਚ ਡੁੱਬੀ ਅਖਬਾਰ ਮੋਰੀ ਰੱਖੀ ਪਈ ਸੀ ਘਰ ਦੇ ਸਮਝਦੇ ਹੋਣਗੇ ਵਿਚਾਰੀ ਸਾਰਾ ਦਿਨ ਪੜਦੀ ਰਹਿੰਦੀ ਐ ਐਮਏ ਦੀ ਪੜਾਈ ਚ ਹੋਈ ਪਰ ਦਰਵਾਜ਼ੇ ਤੇ ਖਟਖਟ ਹੋਈ ਆਜੋ ਕਲਪਨਾ ਨੇ ਕਿਹਾ ਜਗਜੀਤ ਨੂੰ ਦੇਖ ਕੇ ਉਹ ਓਹ ਘਬराई ਜਿਵੇਂ ਕੋਈ ਚੋਰ ਚੋਰੀ ਕਰਦਾ ਫੜਿਆ ਗਿਆ ਹੋਵੇ ਮਾਫ ਕਰਨਾ ਮੈਂ ਤੁਹਾਡੀ ਪੜਾਈ ਚ ਖਲਲ ਪਾਇਆ ਜਗਜੀਤ ਨੇ ਕਿਹਾ ਨਹੀਂ ਨਹੀਂ ਮੈਂ پڑھਦੀ ਤਾਂ ਨਹੀਂ ਸੀ ਅੱਛਾ ਫਿਰ ਕੱਲ ਸ਼ਾਮ ਨੂੰ 4 ਵਜੇ ਗ੍ਰੈਂਡ ਹੋਟਲ ਚ ਪਾਰਟੀ ਤੇ ਪਹੁੰਚ ਜਾਇਓ ਅੱਛਾ ਜ਼ਰੂਰ ਪਾਟੀ ਕਿਸ ਗੱਲ ਦੀ ਦੱਸੋ ਤੇ ਸਹੀ ਨਾ ਕੱਲ ਮੈਂ ਪਿੰਡ ਆਇਆ ਮੇਰੀ ਸ਼੍ਰੀਮਤੀ ਤੇ ਬੇਬੀ ਹੋਈ ਸੱਚੀ ਕਲਪਨਾ ਬੜੀ ਸੋਹਣੀ ਏ ਜਿਹੋ ਜੀ ਕਿ ਮੈਂ ਚਾਹੁੰਦਾ ਸੀ ਐਨ ਤੇਰੇ ਵਰਗੀ ਉਹਨੂੰ ਵੀ ਮੈਂ ਸਾਈਕੋਲੋਜੀ ਦੀ ਐਮਏ ਕਰਾਵਾਂਗਾ ਤੇ ਉਹਦਾ ਨਾਂ ਕਲਪਨਾ ਹੀ ਰੱਖਾਂਗਾ ਜਗਜੀਤ ਇੱਕੋ ਸਾ ਕਿੰਨਾ ਕੁਝ ਕਹਿ ਗਿਆ ਮੁਬਾਰਕ ਹੋਵੇ ਜਗਜੀਤ ਕਲਪਨਾ ਨੇ ਉਹਦੇ ਮੂੰਹ ਹਲ ਤੱਕ ਦੇਆਂ ਗਿਆ अच्छा फिर जरूर पहुंच जाना ਤੇ ਹੁਣ ਮੈਂ ਚੱਲਦਾ ਬਾਰਮੋਣੀ ਹੋਰੀ ਵੀ ਖੜੇ ਨੇ ਇਹ ਆਖੂ ਚਲਾ ਗਿਆ ਕਲਪਨਾ ਵੱਡੇ ਸ਼ੀਸ਼ੇ ਦੇ ਸਾਹਮਣੇ ਖੜੀ ਸੋਚ ਰਹੀ ਸੀ ਮੇਰਾ ਨਾਮ ਵੀ ਕਲਪਨਾ ਬੇਬੀ ਦਾ ਨਾਮ ਵੀ ਕਲਪਨਾ ਫਿਰ ਸ਼ੀਸ਼ੇ ਚ ਆਪਣੀ ਸ਼ਕਲ ਵੇਖ ਕੇ ਮੁਸਕਰਾ ਪਈ ਤੇ ਆਖਣ ਲੱਗੀ ਵਾਹ ਰੀ ਕਲਪਨਾ ਕੀ ਤੂੰ ਉਸ ਨੌਕਰ ਵਰਗੀ ਨੇ ਜਿਹਨੂੰ ਮਾਲਕ ਨੇ ਇੱਕ ਮੁੱਲੀ ਲਿਆਉਣ ਲਈ ਕਿਹਾ ਸੀ ਤੇ ਉਹਨੇ ਸੋਚਿਆ ਸੀ ਮੁੱਲੀ ਨਾਲ ਕਾਲਾ ਲੂਣ ਵੀ ਲੈ ਚੱਲਾਂ ਸ਼ਾਇਦ ਮੂਲੀ ਖਾ ਕੇ ਢਿੱਡੀ ਦੁਖੇ ਵੈਦ ਜੀ ਦੇ ਅੰਚੂਰਨ ਵੀ ਲੈ ਚੱਲਾਂ ਖਬਰੇ ਚੂਰਨ ਨਾਲ ਹੀ RAM ਆਏ ਫਿਰ ਆਉਣ ਨਾਲੋਂ ਡਾਕਟਰ ਨੂੰ ਵੀ ਸੱਦ ਚੱਲਾਂ ਖਬਰੇ ਡਾਕਟਰ ਦੇ ਰੋਗ ਸਮਝ ਹੀ ਨਾ ਆਏ ਤੇ ਫਿਰ ਮੇਰਾ ਮਾਲਕ ਮਰੀ ਜਾਏ ਇਸ ਲਈ ਲੱਕੜਾਂ ਤੇ ਸੀੜੀ ਵਾਲਿਆਂ ਨੂੰ ਵੀ ਹੁਣੀ ਆਖ ਜਾਵਾਂ ਸਾਰਾ ਕੁਝ ਕਰ ਕਰਾ ਕੇ ਜਦ ਘਰ ਜਾਣ ਲੱਗਿਆ ਤਾਂ ਮੂਲੀ ਨੂੰ ਦੇਖ ਕੇ ਉਹਦਾ ਜੀ ਲਲਚ ਆ ਗਿਆ ਆਖਣ ਲੱਗਾ ਅੱਧੀ ਖਾ ਲਵਾਂ ਅੱਧੀ ਖਾ ਕੇ ਥੋੜੀ ਜੀ ਹੋਰ ਵੀ ਖਾ ਲਈ ਤੇ ਅੰਤ ਸਾਰੀ ਮੁਕਾਤੀ ਘਰ ਆ ਕੇ ਮਾਲਕ ਨੂੰ ਆਖਣ ਲੱਗਾ ਜੀ ਅੱਜ ਤੁਸੀਂ ਬੁਰੇ ਬਚੇ ਤੁਹਾਡੀ ਕਿਸਮਤ ਅੱਛੀ ਸੀ ਕਿ ਮੂਲੀ ਮੈਂ ਖਾ ਲਈ ਨਹੀਂ ਤਾਂ ਨਹੀਂ ਤਾਂ ਉਹ ਕਹਿੰਦਾ ਗਿਆ ਕਹਿੰਦਾ ਗਿਆ ਕੀ ਕਰਦਾ ਵਿਚਾਰਾ ਉਹਦੀ ਕਲਪਨਾ ਜੋ ਬਹੁਤ ਠਿੱਕੀ ਸੀ ਵਾਰੀ ਕਲਪਨਾ ਕਲਪਨਾ ਸ਼ੀਸ਼ੇ 'ਤੇ ਖੜੀ ਮੁਸਕਰਾ ਰਹੀ ਸੀ ਧੰਨਵਾਦ